ਸਾਰੀ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3:30 ਹੈ, 4 ਸਾਰੀ ਸਮਾਪਤੀ। ਸੰਪੂਰਨ ਚੁਪਹਿਰਾ ਸਾਹਿਬ ਜੀ ਦੀ ਹਾਜ਼ਰੀ ਆਪ ਜੀ ਨੇ ਲਾਉਣੀ ਹੈ। ਅਰਦਾਸ ਹੁਕਮਨਾਮਾ ਸਰਵਣ ਕਰਕੇ ਜਾਣਾ। ਬਾਬਾ ਦੀਪ ਸਿੰਘ ਜੀ ਕਿਰਪਾ ਕਰਨ। ਅੱਜ ਇਹ ਭਰੇ ਹੋਏ ਹਾਲ, ਭਰੇ ਹੋਏ ਬਰਾਂਡੇ, ਭਰੇ ਹੋਏ ਉਤਲੇ ਬਰਾਂਡੇ ਕਿਹਦੇ ਕਰਕੇ ਸੋਭਦੇ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਤਾਂ ਹੀ ਸੋਭਦੇ ਹਾਂ ਨਾ। ਇਹ ਦੇਣ ਕਿਹਦੀ? ਜਿਹਨਾਂ ਦਾ 10 ਸ਼ਹੀਦੀ ਦਿਹਾੜਾ ਆ ਰਿਹਾ ਗੁਰੂ ਅਰਜਨ ਦੇਵ ਜੀ ਦਾ, ਮੇਰਾ ਦਿਲ ਕਰਦਾ ਜੀ ਇੱਕ ਵਾਰੀ ਦਿਖਾ ਬੋਲੇ, ਇੱਕ ਵਾਰੀ ਸੰਗਤਾਂ, ਅਤੇ ਤੁਸੀਂ ਵੱਡੇ ਹੋ, ਪਰ ਮਾੜਾ ਜਿਹਾ ਇਸ਼ਾਰਾ ਵੀ, ਅੱਜ ਆਵਾਜ਼ ਘੱਟ ਹੈ ਥੋੜ੍ਹੀ ਜਿਹੀ ਤੁਹਾਡੀ, ਥੱਕ ਵੀ ਜਾਂਦਾ ਬੰਦਾ, ਕਈ 10 ਤੋਂ ਬੈਠੇ ਆ। ਮੈਨੂੰ ਬਾਬਾ ਹਰਮਿੰਦਰ ਸਿੰਘ ਜੀ ਨੇ ਦੱਸਿਆ, ਮੈਨੇਜਰ ਪ੍ਰਭਜੋਤ ਸਿੰਘ ਜੀ ਨੇ ਦੱਸਿਆ, ਆਹ ਕੈਪਟਨ ਸਾਹਿਬ ਨੇ, ਸਰਵਨ ਸਿੰਘ ਨੇ, ਵੀ ਕਈ ਸੰਗਤਾਂ 9 ਸ਼ੁਰੂ ਹੋ ਜਾਂਦੀਆਂ ਹਨ, 9 ਸਾਨੂੰ ਜਗ੍ਹਾ ਮਿਲਦੀ ਅੱਗੇ। ਐਡਾ ਪਿਆਰ ਹੈ ਬਾਬਾ ਦੀਪ ਸਿੰਘ ਨਾਲ, ਚੁਪਹਿਰਿਆਂ ਨਾਲ, ਬਾਣੀ ਨਾਲ। ਤੁਸੀਂ ਸਾਰੇ ਚੜ੍ਹਦੀ ਕਲਾ ਲਿਓ, ਜਿਹੜਾ ਗੁਰੂ ਅਰਜਨ ਦੇਵ ਜੀ ਦੇ ਗੁਣ ਦੇਖੋ, ਕਿੰਨੇ ਕੁ ਰਹਿ ਗਏ ਮਿੰਟ, 12-14 ਰਹਿ ਗਏ, ਅਤੇ ਡੱਟ ਕੇ ਗਾਇਓ। ਆ ਜਿਹੜੀ ਸੁਖਮਨੀ ਸਾਹਿਬ ਪੜ੍ਹੀ ਆ ਉਹਨਾਂ ਦੀ ਦੇਣ, ਆ ਜਿਹਨਾਂ ਦੀ ਹਜ਼ੂਰੀ 'ਚ ਬੈਠੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਇਹ ਉਹਨਾਂ ਦੀ ਦੇਣ ਹੈ। ਕਹਿ ਦਿਓ ਇੱਕ ਵਾਰੀ ਪਿਆਰ ਨਾਲ, ਗੁਰੂ ਅਰਜਨ ਦੇਵ ਜੀ ਵਰਗਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਆਪਾਂ ਜਾ ਰਹੇ ਹਾਂ ਪਹੁ ਪਿੰਡ, ਜਿੱਥੇ ਕਿ ਚੁਪਹਿਰਾ ਸਾਹਿਬ ਕੱਟੇ ਜਾਂਦੇ ਨੇ, ਅਤੇ ਇਹ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਆ। ਮਤਲਬ ਸਾਡੇ ਪਿੰਡ ਤੋਂ 20-25 ਮਿੰਟ ਦਾ ਰਸਤਾ ਹੈਗਾ ਬਸ ਗੱਡੀ 'ਤੇ। ਅਤੇ ਭਿੱਖੀ ਪਿੰਡ ਦੇ ਕੋਲ ਇਹ ਪਿੰਡ ਪੈਂਦਾ ਪਹੁ ਪਿੰਡ। ਅਤੇ ਜਿਵੇਂ ਲੋਕ ਅੰਮ੍ਰਿਤਸਰ ਵੀ ਜਾਂਦੇ ਆ ਚੁਪਹਿਰਾ ਸਾਹਿਬ ਕੱਟਣ, ਪਰ ਉਹ ਸਾਨੂੰ ਥੋੜ੍ਹਾ ਜਿਵੇਂ ਦੂਰ ਪੈ ਜਾਂਦਾ, ਆਪਾਂ ਕਹਿੰਦੇ ਘੰਟੇ ਦਾ ਰਸਤਾ ਪੈ ਜਾਂਦਾ। ਅਤੇ ਬਾਕੀ ਉੱਥੇ ਵੀ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ, ਅਤੇ ਪਹਿਲਾਂ ਇੱਥੇ ਘੱਟ ਸੀ, ਬਟ ਹੁਣ 1-2 ਹੋ ਚੱਲੇ ਆ, ਇੰਨੀ ਜ਼ਿਆਦਾ ਸੰਗਤ ਆਉਂਦੀ ਆ ਕਿ ਇੱਥੇ ਵੀ ਮਤਲਬ ਸੰਗਤ ਦੀ ਸ਼ਰਧਾ ਇੰਨੀ ਵੱਧ ਗਈ ਆ ਕਿ ਚੁਪਹਿਰਾ ਸਾਹਿਬ ਕੱਟਣ ਆਉਂਦੇ ਆ। ਅਤੇ ਬਾਬਾ ਦੀਪ ਸਿੰਘ ਦਾ ਜਨਮ ਅਸਥਾਨ ਆ, ਇੱਥੇ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਸੀ। ਅਤੇ ਮਤਲਬ ਹੁਣ ਲੋਕਾਂ ਨੇ ਛਬੀਲਾਂ, ਇੱਕ ਤਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ, ਉਹਦੇ ਕਰਕੇ ਛਬੀਲਾਂ ਥਾਂ ਥਾਂ 'ਤੇ ਲੱਗੀਆਂ ਹੋਈਆਂ। ਅਤੇ ਲੋਕਾਂ ਦੇ ਵਿੱਚ ਵੀ ਇੰਨਾ ਜ਼ਿਆਦਾ ਉਤਸ਼ਾਹ ਵੱਧ ਗਿਆ ਨਾ ਕਿ ਹਰ ਐਤਵਾਰ ਹਰੇਕ ਪਿੰਡਾਂ 'ਚੋਂ ਗੱਡੀਆਂ ਜਾਂਦੀਆਂ, ਜਿਵੇਂ ਸਾਡੇ ਪਿੰਡ ਤੋਂ ਵੀ 2 ਵੈਨਾਂ ਜਾਂਦੀਆਂ ਹਰ ਐਤਵਾਰ। ਅਤੇ ਜਿਹੜੇ ਪਿੰਡ ਸਭਰਾ ਦੇ ਨੇੜੇ ਬੰਨੇ ਆ, ਉਹ ਇਹਨਾਂ ਵੀਰਾਂ ਨਾਲ, ਵੈਨਾਂ ਵਾਲਿਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਜਾਣਾ। ਅਤੇ ਹੁਣ ਆਪਾਂ ਬਾਬਾ ਦੀਪ ਸਿੰਘ ਦੇ ਗੁਰਦੁਆਰਾ
ਸਾਹਿਬ ਆ ਗਏ ਹਾਂ। ਅਤੇ ਇਹ ਮੇਰੀ ਵੀਡੀਓ ਬਣਾਉਣ ਦਾ ਇਹੀ ਮੋਟਿਵ ਕਿ ਜਿਨ੍ਹਾਂ ਨੂੰ ਨਹੀਂ ਪਤਾ ਕਿ ਪਾਉ ਪਿੰਡ ਸਾਹਿਬ ਵੀ ਚੁਪਹਿਰੇ ਕੱਟੇ ਜਾਂਦੇ ਨੇ ਉਹਨਾਂ ਵਾਸਤੇ ਆ, ਜਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਸ ਪਿੰਡ 'ਚੋਂ ਵੀ ਵੈਨ ਜਾਂਦੀ ਆ, ਪਿੰਡ ਵਾਲੇ ਜਾਣਾ ਚਾਹੁੰਦੇ ਆ ਤਾਂ ਜਾ ਸਕਦੇ ਆ। ਅਤੇ ਹੁਣ ਬਾਬਾ ਆਪਾਂ ਆ ਗਏ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ 'ਚ, ਅਤੇ ਜਿੱਥੇ ਸਭ ਤੋਂ ਪਹਿਲਾਂ ਆਪਾਂ ਇਸ਼ਨਾਨ ਕਰਾਂਗੇ। ਅਤੇ ਤੁਹਾਨੂੰ ਇਹਦੇ ਨਾਲ ਇਹ ਵੀ ਪਤਾ ਚੱਲੂ ਕਿ ਆਪਾਂ ਪਹਿਲਾਂ ਕਿਵੇਂ ਕਰਨਾ ਕੀ ਕਰਨਾ ਨਾ। ਇੱਧਰ ਆਪਾਂ ਜਦੋਂ ਆਪਾਂ ਜੋੜਾ ਘਰ 'ਚ ਜੋੜੇ ਜਮ੍ਹਾਂ ਕਰਵਾ ਕੇ ਆਉਂਦੇ ਹਾਂ, ਅਤੇ ਸਭ ਤੋਂ ਪਹਿਲਾਂ ਆਪਾਂ ਇੱਧਰ ਆ ਕੇ ਇਸ਼ਨਾਨ ਕਰਦੇ ਹਾਂ। ਇਸ਼ਨਾਨ ਕਰਕੇ ਉਸ ਤੋਂ ਬਾਅਦ ਆ ਕੇ ਆਪਾਂ ਜਿਵੇਂ ਦੇਗ ਕਰਵਾਉਣੀ ਹੁੰਦੀ ਆ, ਪ੍ਰਸ਼ਾਦ ਕਰਵਾਉਣਾ, ਉਹ ਕਰਵਾ ਲੈਂਦੇ ਹਾਂ। ਅਤੇ ਸਾਰੀ ਸੰਗਤ ਹੁਣ ਇਸ਼ਨਾਨ ਕਰਨ ਜਾ ਰਹੀ ਆ। ਅਤੇ ਜਦੋਂ ਵੀ ਜਾਣਾ ਘਰੋਂ 9 ਵਜੇ ਚੱਲ ਪਓ, ਕਿਉਂਕਿ 9 ਵਜੇ ਚੱਲ ਕੇ ਜਾ ਕੇ ਆਪਾਂ ਸਾਰਾ ਇਸ਼ਨਾਨ ਵਗੈਰਾ ਕਰਕੇ ਲੰਗਰ ਛੱਕ ਕੇ ਅਤੇ ਉੱਥੇ ਚੁਪਹਿਰਾ ਸਾਹਿਬ ਜਿੱਥੇ ਕੱਟੇ ਜਾਂਦੇ ਆ ਉਸ ਹਾਲ 'ਚ ਜਾ ਕੇ ਬੈਠਣਾ ਹੁੰਦਾ, ਕਿਉਂਕਿ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਆਪਾਂ ਨੂੰ ਪਹਿਲਾਂ ਹੀ ਆਪਣੀ ਸੀਟ ਲੈਣੀ ਪੈਂਦੀ ਆ। ਅਤੇ ਜਾ ਕੇ ਉੱਥੇ ਬਾਬਾ ਜੀ ਕਥਾ ਕਰਦੇ ਨੇ, ਉਹਨਾਂ ਦੀ ਕਥਾ ਸੁਣੋ, ਮਤਲਬ ਟਾਈਮ ਪਾਸ ਬੜਾ ਵਧੀਆ ਹੋ ਜਾਂਦਾ ਵਾ, ਬੜਾ ਵਧੀਆ ਦਿਲ ਲੱਗਦਾ, ਘਰ ਆਉਣ ਨੂੰ ਵਾਪਸ ਵੀ ਨਹੀਂ ਕਰਦਾ ਦਿਲ ਕਰਦਾ ਉੱਥੇ ਰਹੀਏ। ਅਤੇ ਇੱਥੇ ਆਪਾਂ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਉਹ ਕਰਵਾਉਣ ਆਏ ਸੀ ਅਤੇ ਲਾਈਨਾਂ ਲੱਗੀਆਂ ਹੋਈਆਂ ਇੱਥੇ ਵੀ, ਅਤੇ ਸੰਗਤ ਇੰਨੀ ਜ਼ਿਆਦਾ ਆਉਂਦੀ ਹੈ ਨਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਸ਼ਾਇਦ ਮੈਨੂੰ ਵੀ ਲੱਗਦਾ ਹੁੰਦਾ ਹੈ ਕਿ ਪਾਉ ਪਿੰਡ ਇੰਨਾ ਰਸ਼ ਤਾਂ ਹੁੰਦਾ ਨਹੀਂ, ਸੰਗਤ ਨਹੀਂ ਆਉਂਦੀ, ਪਰ ਜਦੋਂ ਮੈਂ ਹੁਣ ਗਈ ਤਾਂ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਕਿੰਨੀ ਸੰਗਤ ਆਉਂਦੀ ਹੈ ਨਾ। ਅਤੇ ਅਸੀਂ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਇੱਧਰ ਆ ਕੇ ਅਸੀਂ ਪ੍ਰਸ਼ਾਦ ਲੈ ਰਹੇ ਹਾਂ। ਪ੍ਰਸ਼ਾਦ ਲੈ ਕੇ ਹੁਣ ਅਸੀਂ ਲੰਗਰ ਹਾਲ 'ਚ ਆ ਗਏ ਸੀਗੇ, ਅਤੇ ਲੰਗਰ ਵੀ ਬਹੁਤ ਵਧੀਆ ਤਿਆਰ ਕਰਦੇ ਆ, ਦਾਲ ਸੀ, ਚੌਲ ਸੀ ਅਤੇ ਇੰਨੇ ਜ਼ਿਆਦਾ ਸਵਾਦ ਸੀ, ਨਾਲ ਪ੍ਰਸ਼ਾਦਾ ਵੀ ਸੀਗਾ। ਅਤੇ ਉਸ ਤੋਂ ਬਾਅਦ ਇੱਥੇ ਨਾ ਬੜੀਆਂ ਸੋਹਣੀਆਂ ਗੁਰਬਾਣੀ ਦੀਆਂ ਤੁਕਾਂ ਉੱਥੇ ਬਾਬਾ ਜੀ ਬਾਰੇ ਲਿਖਿਆ ਹੋਇਆ ਸੀ, ਬਾਬਾ ਦੀਪ ਸਿੰਘ ਬਾਰੇ ਕੀ ਤੁਹਾਨੂੰ ਪਤਾ ਹੈ, ਮਤਲਬ ਹਰੇਕ ਚੀਜ਼ ਦੇ ਵਿੱਚ ਬਾਬਾ ਜੀ ਦੇ ਜੀਵਨ ਬਾਰੇ ਸਾਰਾ ਕੁਛ ਇੱਥੇ ਲਿਖਿਆ ਹੋਇਆ ਸੀ। ਅਤੇ ਇਸ ਕਰਕੇ ਮੈਂ ਇਹਦੀ ਥੋੜ੍ਹੀ ਜਿਹੀ ਵੀਡੀਓ ਬਣਾ ਲਈ, ਮੈਨੂੰ ਵਧੀਆ ਲੱਗਿਆ, ਮੈਂ ਕਿਹਾ ਚੱਲ ਵਿਹਲੇ ਬੈਠ ਕੇ ਪੜਾਂਗੇ। ਅਤੇ ਉੱਥੇ ਬਾਬਾ ਦੀਪ ਸਿੰਘ ਅਤੇ ਸੰਤ ਭਿੰਡਰਾਂ ਵਾਲੇ ਜੀ ਜਿਹੜੇ, ਉਹਨਾਂ ਦੀਆਂ ਬਹੁਤ ਸੋਹਣੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ, ਅਤੇ ਮਤਲਬ ਲੰਗਰ ਵਾਸਤੇ ਉਹਨਾਂ ਨੇ ਗੋਲਕ ਵੀ ਲਗਾਏ ਹੋਏ ਸੀ ਕਿ ਜਿਹੜੇ ਇੱਥੇ ਸੇਵਾ ਕਰਨਾ ਚਾਹੁੰਦੇ ਨੇ ਉਹ ਸੇਵਾ ਕਰ ਸਕਦੇ ਨੇ। ਅਤੇ ਮੈਂ ਸਾਰੀਆਂ ਸੰਗਤਾਂ ਅੱਗੇ ਹੱਥ ਜੋੜਦੀ ਹਾਂ ਕਿ ਤੁਸੀਂ ਆਪਦਾ ਐਤਵਾਰ ਨੂੰ ਟਾਈਮ ਕੱਢ ਕੇ ਚੁਪਹਿਰਾ ਸਾਹਿਬ ਜ਼ਰੂਰ ਕੱਟ ਕੇ ਆਇਆ ਕਰੋ। ਜਿੰਨੇ ਵੀ ਆਪਣੇ ਜੀਵਨ 'ਚ ਦੁੱਖ ਆ ਸਾਰੇ ਕੱਟੇ ਜਾਂਦੇ। ਅਤੇ ਇੱਥੇ ਆਪਾਂ ਚਾਹ ਦਾ ਲੰਗਰ ਲੱਗਿਆ, ਥੋੜ੍ਹਾ ਟਾਈਮ ਭਾਂਡਿਆਂ ਦੀ ਸੇਵਾ ਕੀਤੀ, ਭਾਂਡੇ ਦੀ ਸੇਵਾ ਕਰਨ ਤੋਂ ਬਾਅਦ ਆਪਾਂ ਚਾਹ ਦਾ ਲੰਗਰ 'ਚ ਗਏ, ਉੱਥੇ ਬਾਬਾ ਜੀ ਚਾਹ ਵਰਤਾਈ ਜਾਂਦੀ ਅਤੇ ਆਪਾਂ ਚਾਹ ਪੀਤੀ। ਅਤੇ ਇੱਧਰ ਆਪਾਂ ਚੁਪਹਿਰਾ ਸਾਹਿਬ ਕੱਟਣ ਆ ਰਹੇ ਲੰਗਰ ਹਾਲ ਤੋਂ ਇੱਧਰਲੀ ਸਾਈਡ, ਅਤੇ ਇੱਥੇ ਬਾਬਾ ਜੀ ਇੱਧਰ ਲੰਗਰ ਤਿਆਰ ਹੁੰਦਾ ਗੁਰਦੁਆਰਾ ਸਾਹਿਬ, ਅਤੇ ਇੱਧਰ ਇਹਨਾਂ ਦੀ ਚੱਕੀ ਹੈ ਜਿੱਥੇ ਆਟਾ ਪੀਂਦੇ ਆ। ਮਤਲਬ ਬਹੁਤ ਸੋਹਣਾ ਮਤਲਬ ਪ੍ਰੋਗਰਾਮ ਆ, ਅਤੇ ਗੁਰਦੁਆਰਾ ਇੰਨਾ ਜ਼ਿਆਦਾ ਵਧੀਆ ਬਣਦਾ ਜਾ ਰਿਹਾ ਕਿ ਮੈਨੂੰ ਲੱਗਦਾ ਕਿ ਹਾਂ ਵੀ ਤਰਨ ਤਾਰਨ ਦੇ ਵਿੱਚ ਸਭ ਤੋਂ ਵਧੀਆ ਗੁਰਦੁਆਰਾ ਇਹੀ ਮੰਨਿਆ ਜਾਊ ਕਿਸੇ ਟਾਈਮ 'ਚ। ਇੱਧਰ ਬਾਬਾ ਜੀ ਉਹਨਾਂ ਨੇ ਨਾ ਹੋਰ ਜਿਵੇਂ ਬਾਬਾ ਦੀਪ ਸਿੰਘ ਫਾਊਂਡੇਸ਼ਨ ਵਾਲਿਆਂ ਨੇ ਇੱਧਰਲੀ ਸਾਈਡ ਪਾਰਕਿੰਗ ਵਾਸਤੇ ਜਗ੍ਹਾ ਲੈ ਲਈ ਹੈ, 2.5 ਕਿੱਲੇ, 2-3 ਕਰੋੜ ਦੇ ਕਹਿ ਰਹੇ ਸੀਗੇ ਕਿ ਉਹਨਾਂ ਨੇ ਪਾਰਕਿੰਗ ਵਾਸਤੇ ਜਗ੍ਹਾ ਲੈ ਲਈ, ਕਿਉਂਕਿ ਸੰਗਤ ਬਹੁਤ ਜ਼ਿਆਦਾ ਵੱਧ ਗਈ ਅਤੇ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ, ਅਤੇ ਆਉਣ ਵਾਲੇ 10 ਦਿਨਾਂ ਦੇ ਵਿੱਚ ਕਹਿੰਦੇ ਪਾਰਕਿੰਗ ਤਿਆਰ ਹੋ ਜਾਣੀ ਆ। ਅਤੇ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਕੀਤੇ ਆ, ਉੱਥੇ ਭਾਈ ਗੁਰਇਕਬਾਲ ਸਿੰਘ ਜੀ ਆਉਂਦੇ ਆ ਹਫ਼ਤੇ ਦੇ ਪਹਿਲੇ ਐਤਵਾਰ ਅਤੇ ਹਫ਼ਤੇ ਦੇ ਅਖੀਰਲੇ ਐਤਵਾਰ, ਅਤੇ ਉਹਨਾਂ ਨੇ ਬਹੁਤ ਕੁਛ ਦੱਸਿਆ ਕਿ ਕੀ ਗੁਰਦੁਆਰਾ ਸਾਹਿਬ ਵਿੱਚ ਹੋਰ ਬਣ ਰਿਹਾ ਵਾ ਅਤੇ ਕਿਹੜੇ ਕਿਹੜੇ ਕੰਮ ਚੱਲ ਰਹੇ ਆ। ਅਤੇ ਸੱਚੀ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਿਆ, ਮੈਨੂੰ ਇਹ ਸੀ ਵੀ ਮੇਰਾ ਹੋ ਸਕੀ ਤਾਂ ਮੈਂ ਉੱਥੋਂ ਬਠਿੰਡੇ ਤੋਂ ਆਇਆ ਕਰਾਂ, ਪਰ ਸ਼ਾਮ ਨੂੰ ਮੈਂ ਵਾਪਸ ਨਹੀਂ ਜਾ ਸਕਦੀ ਅਤੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ, ਪਰ ਚਲੋ ਪਰਮਾਤਮਾ ਨੇ ਜੇ ਬੁਲਾਵਾ ਦਿੱਤਾ ਤਾਂ ਪਹੁੰਚਿਆ ਕਰਾਂਗੇ। ਅਤੇ ਇੱਥੇ ਫਿਰ ਸਾਰੀ ਸੰਗਤ ਦੇਖੋ ਜਿਵੇਂ ਜਿਵੇਂ ਅਜੇ ਮਤਲਬ 10:30 ਹੋਏ ਸੀਗੇ ਅਤੇ ਸੰਗਤ ਆ ਕੇ ਬੈਠਣੀ ਸ਼ੁਰੂ ਹੋ ਗਈ, ਜਦਕਿ 12:30 ਵਜੇ ਚੁਪਹਿਰਾ ਸਾਹਿਬ ਸ਼ੁਰੂ ਹੋਇਆ ਸੀ ਹੁਣ, ਅਤੇ ਸੰਗਤ ਨੇ ਆਪੋ ਆਪਣੀ ਜਗ੍ਹਾ ਲੈ ਲਈ ਆ ਅਤੇ ਗੁਟਕਾ ਸਾਹਿਬ ਲੈ ਕੇ ਸਾਰੇ ਬੈਠਦੇ ਜਾ ਰਹੇ ਆ। ਅਤੇ 12:30 ਤੋਂ ਇੱਥੇ 9 ਵਜੇ ਤੋਂ ਇੱਥੇ ਬੈਠ ਜਾਂਦੇ ਆ ਕੇ।
ਡੇਢ ਦੋ ਘੰਟੇ ਆ ਕੇ ਸੰਗਤ ਇੱਥੇ ਬੈਠੂਗੀ ਅਤੇ ਮਤਲਬ ਤੁਸੀਂ ਸਾਰੇ ਜਾਓ ਜਿਹੜੇ ਵੀ ਜੀਵਨ 'ਚ ਦੁੱਖ ਆ ਨਾ ਜ਼ਰੂਰ ਕੱਟੇ ਜਾਂਦੇ ਆ। ਬਾਬਾ ਜੀ ਭਾਈ ਗੁਰਕਪਾਲ ਸਿੰਘ ਜੀ ਨੇ ਬਹੁਤ ਸੋਹਣੀਆਂ ਕਥਾ ਸੁਣਾਈ, ਉਹਦੇ ਵਿੱਚ ਵੀ ਜਿਹੜੀ ਕਥਾ ਸੁਣੀ ਆ ਨਾ ਅਤੇ ਉਹਦੇ ਨਾਲ ਹੋਰ ਮਨ ਜਿਹੜਾ ਗੁਰੂ ਦੇ ਨਾਲ ਜੁੜਦਾ। ਕਾਰ ਸੇਵਾ ਮਾਤਾ ਕੌਲਾਂ ਜੀ ਭਲਾਈ ਕੇਂਦਰ ਉਹਨਾਂ ਵੱਲੋਂ ਬਹੁਤ ਸੇਵਾ ਨਿਭਾਈ ਜਾਂਦੀ ਹੈ, ਉਹਨਾਂ ਦੀ ਸਾਰੀ ਟੀਮ ਆਉਂਦੀ ਹੈ ਇੱਥੇ ਕਥਾ ਕਰਦੀ ਹੈ, ਕਵੀਸ਼ਰੀ ਮਤਲਬ ਢਾਡੀ ਜੱਥੇ ਲੱਗਦੀ ਆ, ਸਾਰਾ ਮਤਲਬ ਭਾਈ ਗੁਰਕਪਾਲ ਸਿੰਘ ਜੀ ਆਉਂਦੇ ਆ ਅਤੇ ਇੰਨੀਆਂ ਸੋਹਣੀਆਂ ਸੋਹਣੀਆਂ ਕਥਾ ਅਤੇ ਕਹਾਣੀਆਂ ਸੁਣਾਉਂਦੇ ਆ ਕਿ ਮਨ ਜਿਹੜਾ ਨਾ ਬਹੁਤ ਖੁਸ਼ ਹੁੰਦਾ। ਅਤੇ ਇੱਥੇ ਬੱਚਿਆਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ, ਜਿਹੜੇ ਬੱਚੇ ਮਤਲਬ ਪਾਠ ਕਰਨਾ ਬਾਣੀ ਸਿੱਖਣਾ ਚਾਹੁੰਦੇ ਉਹਨਾਂ ਨੂੰ ਬਾਣੀ ਸਿਖਾਈ ਜਾਂਦੀ, ਰਾਈਫਲ ਵਗੈਰਾ ਨਿਸ਼ਾਨੀ ਲਾਉਣੀ ਅਤੇ ਗੱਤਕਾ ਸਿਖਾਇਆ ਜਾਂਦਾ ਹਰ ਰੋਜ਼, ਅਤੇ ਉਹ ਸਾਰਾ ਤੁਸੀਂ ਇੱਥੋਂ ਦੀ ਫਾਊਂਡੇਸ਼ਨ ਨਾਲ ਗੱਲਬਾਤ ਕਰ ਸਕਦੇ ਹੋ। ਬੱਚਿਆਂ ਨੂੰ ਬਹੁਤ ਵਧੀਆ ਹਰੇਕ ਚੀਜ਼ ਦੀ ਸਿਖਲਾਈ ਦਿੱਤੀ ਜਾਂਦੀ ਆ ਅਤੇ ਲੋਕਾਂ ਵੱਲੋਂ ਬੜੀ ਸੇਵਾ ਨਿਭਾਈ ਜਾਂਦੀ। ਜਿਵੇਂ ਬਾਬਾ ਜੀ ਨੇ ਦੱਸਿਆ ਕਿ ਇੱਥੇ ਵਾਸ਼ਿੰਗ ਮਸ਼ੀਨ ਚਾਹੀਦੀ ਸੀਗੀ ਕਿ ਪਰਿਵਾਰ ਬਹੁਤ ਜ਼ਿਆਦਾ ਵੱਡਾ ਹੁੰਦਾ ਜਾ ਰਿਹਾ, ਚਾਦਰਾ ਚੁਦਰਾ ਧੋਣ ਲਈ, ਅਤੇ ਜਰਮਨ ਤੋਂ ਦੋ ਭੈਣਾਂ ਨੇ ਉਹਨਾਂ ਨੇ ਰਲ ਕੇ ਇੱਥੇ 6 ਲੱਖ ਦੀ ਮਸ਼ੀਨ ਦਿੱਤੀ ਆ ਅਤੇ ਹੁਣ ਕਹਿੰਦੇ ਕਿ ਖਾਣਾ ਬਣਾਉਣ ਵਾਸਤੇ ਬਾਊਲਰ ਚਾਹੀਦੇ ਨੇ ਜਿਹੜੇ ਕਿ 35 ਲੱਖ ਦੇ ਆ ਅਤੇ ਉਹਦੀ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਲੋਕਾਂ ਵੱਲੋਂ ਸੰਗਤਾਂ ਵੱਲੋਂ। ਅਤੇ ਜੇ ਕੋਈ ਉਸ ਸੇਵਾ ਦਾ ਹਿੱਸਾ ਬਣਨਾ ਚਾਹੁੰਦਾ ਤਾਂ ਉਹ ਵੀ ਜ਼ਰੂਰ ਬਣਿਓ, ਕਿ ਇਹੋ ਜਿਹੇ ਕੰਮ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕਿ ਜਿਹੜੇ ਬੜੇ ਵਧੀਆ ਅਤੇ ਗੁਰਦੁਆਰੇ ਨੂੰ ਬਹੁਤ ਉੱਚੇ ਪੱਧਰ 'ਤੇ ਲੈ ਕੇ ਜਾਇਆ ਜਾ ਰਿਹਾ। ਧੰਨ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਅਤੇ ਚੁਪਹਿਰੇ ਸਾਹਿਬ ਵੀ ਇੰਨੇ ਕੱਟੇ ਜਾ ਰਹੇ ਸੰਗਤਾਂ, ਤੁਸੀਂ ਦੇਖੋ ਥੋੜ੍ਹੇ ਟਾਈਮ 'ਚੋਂ ਇੰਨੀਆਂ ਜ਼ਿਆਦੀਆਂ ਸੰਗਤਾਂ ਆ ਜਾਣਗੀਆਂ ਕਿ ਬੈਠਣ ਨੂੰ ਵੀ ਜਗ੍ਹਾ ਨਹੀਂ ਹੈਗੀ ਸੀ ਉੱਥੇ। ਅਤੇ ਚੁਪਹਿਰਾ ਸਾਹਿਬ ਮਤਲਬ ਪਾਠ ਹੋਣੇ ਸ਼ੁਰੂ ਹੋ ਗਏ ਸੀ ਅਤੇ ਅਜੇ ਲਾਈਨਾਂ 'ਚ ਜਿਹੜੀ ਸੰਗਤ ਉਹ ਲੱਗੀ ਹੋਈ ਸੀਗੀ। ਅਤੇ ਜੇ ਆਪਣੀ ਜ਼ਿੰਦਗੀ 'ਚ ਕੋਈ ਦੁੱਖ ਆ, ਜੇ ਆਪਾਂ ਬਾਣੀ ਦੇ ਨਾਲ ਜੁੜਾਂਗੇ ਤਾਂ ਆਪਣੇ ਉਹ ਦੁੱਖ ਸਾਰੇ ਕੱਟੇ ਜਾਂਦੇ ਆ। ਅਤੇ ਸੱਚੀ ਮਨ ਨੂੰ ਲੱਗਦਾ ਕਿ ਸ਼ਾਇਦ ਹੈ ਨਾ ਵੀ ਹਰੇਕ ਨੂੰ ਉੱਥੇ ਜਾਣਾ ਚਾਹੀਦਾ, ਹਰ ਇੱਕ ਨੂੰ ਟਾਈਮ ਕੱਢਣਾ ਚਾਹੀਦਾ। ਪਹਿਲਾਂ ਘਰੋਂ ਲੱਗਦਾ ਕਿ ਆਪਾਂ ਜੇ ਬਾਣੀ ਜਿਹੜੇ ਘੱਟ ਕਰਦੇ ਉਹਨਾਂ ਨੂੰ ਸ਼ਾਇਦ ਲੱਗਦਾ ਕਿ ਆਪਾਂ ਕਿਵੇਂ ਪਾਠ ਕਰਾਂਗੇ, ਪਰ ਜਦੋਂ ਤੁਸੀਂ ਉੱਥੇ ਜਾ ਕੇ ਜ਼ੋਰ ਜ਼ੋਰ ਨਾਲ ਮਨ 'ਚ ਦਿਲੋਂ ਬਾਣੀ ਪੜ੍ਹੋਗੇ ਨਾ ਅਤੇ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ, ਘਰ ਤਾਂ ਯਾਦ ਨਹੀਂ ਰਹਿੰਦਾ ਅਤੇ ਪਤਾ ਹੀ ਨਹੀਂ ਚੱਲਦਾ ਕਿ 3 ਘੰਟੇ ਜਿਹੜੇ 2.5-3 ਘੰਟੇ ਲੰਘਦੇ ਉਹ ਕਿਵੇਂ ਲੰਘਦੇ ਆ। 12:30 ਤੋਂ ਲੈ ਕੇ 3:30 ਤੱਕ ਚੁਪਹਿਰਾ ਸਾਹਿਬ ਕੱਟੇ ਜਾਂਦੇ ਆ, ਉਸ ਤੋਂ ਬਾਅਦ ਬਾਬਾ ਭਾਈ ਜਿਵੇਂ ਭਾਈ ਗੁਰਕਪਾਲ ਸਿੰਘ ਜੀ ਸੀਗੀ ਉਹਨਾਂ ਨੇ ਮਤਲਬ ਕਥਾ ਸੁਣਾਈ, ਫਿਰ ਉਸ ਤੋਂ ਬਾਅਦ ਹੁਕਮਨਾਮਾ ਪੜਿਆ ਗਿਆ, ਅਰਦਾਸ ਕੀਤੀ ਗਈ ਅਤੇ 4:15 ਅਸੀਂ ਜਿਹੜੇ ਆ ਬਾਬਾ ਜੀ ਨੇ ਸਾਨੂੰ ਮਤਲਬ ਅਸੀਂ ਬਾਹਰ ਨਿਕਲਿਆ ਸੀ, ਫ੍ਰੀ ਕਰਤਾ ਸੀਗਾ। ਪਰ ਤੁਸੀਂ ਦੇਖੋ ਲਾਈਨਾਂ ਵੱਧਦੀਆਂ ਜਾ ਰਹੀਆਂ, ਸੰਗਤ ਇੰਨੀ ਜ਼ਿਆਦਾ ਆ ਰਹੀ ਆ ਕਿ ਦੀਵਾਨ ਹਾਲ ਜਿਹੜਾ ਸਾਰਾ ਪੂਰਾ ਫੁੱਲ ਹੋ ਗਿਆ। ਆਪਾਂ ਅੰਮ੍ਰਿਤਸਰ ਜਾਂਦੇ ਹਾਂ ਬਾਬਾ ਸ਼ਹੀਦਾਂ ਦੇ, ਉੱਥੇ ਵੀ ਮਤਲਬ ਜਗ੍ਹਾ ਘੱਟ ਹੋਣ ਕਰਕੇ ਲੋਕਾਂ ਨੂੰ ਬਾਹਰ ਤੱਕ ਬੈਠਣਾ ਪੈ ਰਿਹਾ ਵਾ ਕਿ ਉੱਥੇ ਵੀ ਚੁਪਹਿਰਾ ਸਾਹਿਬ ਕੱਟੇ ਜਾਂਦੇ ਆ ਅਤੇ ਬੜੀ ਸ਼ਰਧਾ ਨਾਲ ਸੰਗਤ ਉੱਥੇ ਜਾਂਦੀ ਆ। ਪਰ ਇੱਥੇ ਹੁਣ ਜਿਵੇਂ ਇੱਧਰਲੇ ਲਾ ਲਓ ਪਿੱਛੇ ਮਾਝੇ ਵਾਲੇ ਸਾਈਡ ਪੱਟੀ ਸਭਰਾ ਜਾਂ ਭਿੱਖੀ ਪਿੰਡ ਦੇ ਨੇੜੇ ਖਾਲੜਾ ਨਾਰਲੀ ਜਿਹੜੇ ਵੀ ਪਿੰਡ ਆ ਇੱਥੇ ਭਿੱਖੀ ਇਹਦੇ ਨਾਲ ਨਾਲ ਲੰਘਦੇ ਭਿੱਖੀ ਪਿੰਡ ਦੇ ਸਾਰੇ ਜਿਹੜੀ ਸੰਗਤ ਇੱਥੇ ਆ ਕੇ ਚੁਪਹਿਰਾ ਸਾਹਿਬ ਕੱਟਦੇ ਆ, ਕਿਉਂਕਿ ਅੰਮ੍ਰਿਤਸਰ ਜਾਣਾ ਥੋੜ੍ਹਾ ਔਖਾ ਹੋ ਜਾਂਦਾ, ਸ਼ਾਮ ਨੂੰ ਵਾਪਸ ਆਉਣ ਲੱਗਿਆ ਟਾਈਮ ਲੱਗ ਜਾਂਦਾ ਅਤੇ ਇੱਥੋਂ ਪਿੰਡਾਂ ਪਿੰਡਾਂ 'ਚੋਂ ਵੈਨਾਂ ਜਾਂਦੀਆਂ ਹਰੇਕ ਪਿੰਡਾਂ 'ਚੋਂ। ਅਤੇ ਜਿਹੜੇ ਪਿੰਡ 'ਚ ਨਹੀਂ ਜਾਂਦੀਆਂ ਉਹ ਵੀ ਤੁਸੀਂ ਥੋੜ੍ਹਾ ਜਿਹਾ ਹੀਲਾ ਵਸੀਲਾ ਕਰੋ ਅਤੇ ਸੰਗਤ ਨੂੰ ਉੱਥੇ ਲੈ ਕੇ ਜਾਇਆ ਕਰੋ। ਸਾਡੇ ਪਿੰਡ ਤੋਂ ਜਿਹੜੀ ਵੈਨ ਜਾਂਦੀ ਹੈ 100 ਰੁਪਇਆ ਲੈਂਦੀਆਂ ਆਉਣ ਦਾ ਅਤੇ ਜਾਣ ਦਾ, ਅਤੇ ਜਿਹੜੇ ਪਿੰਡ ਸਭਰਾ ਤੋਂ ਜਾਣਾ ਚਾਹੁੰਦੇ ਆ ਤੁਸੀਂ ਉਹ ਐਤਵਾਰ 9 ਵਜੇ ਬੱਸ ਸਟੈਂਡ ਦੇ ਵਿੱਚ ਵੈਨਾਂ ਆ ਜਾਂਦੀਆਂ ਵਾ, ਤੁਸੀਂ ਉਹ ਵੈਨ ਵਾਲੇ ਵੀਰ ਨਾਲ ਗੱਲਬਾਤ ਕਰਕੇ ਅਤੇ ਸੰਗਤ ਜਿਹੜੀ ਉੱਥੇ ਪਹੁੰਚ ਸਕਦੀ ਆ। ਅਤੇ ਦੂਰੋਂ ਦਰੇਡਿਓਂ ਵੀ ਸੰਗਤਾਂ ਆਉਂਦੀਆਂ ਜਿਹੜੀਆਂ ਆ ਕੇ ਰਹਿੰਦੀਆਂ ਵਾ ਚੁਪਹਿਰਾ ਸਾਹਿਬ ਕੱਟਣ ਦੇ ਲਈ। ਅਤੇ ਵਾਕਈ ਚੁਪਹਿਰਾ ਸਾਹਿਬ ਕੱਟ ਕੇ ਨਾ ਆਪਣੇ ਸਾਰੇ ਦੁੱਖ ਦੂਰ ਹੋ ਜਾਂਦੇ ਆ। ਆਪਾਂ ਜਦੋਂ 3-4 ਘੰਟੇ ਬਾਣੀ ਪੜ੍ਹਦੇ ਹਾਂ ਨਾ, ਉੱਥੇ 5 ਆਪਣੇ ਜਪਜੀ ਸਾਹਿਬ ਦੇ ਪਾਠ ਹੁੰਦੇ ਆ, 2 ਚੌਪਈ ਸਾਹਿਬ ਦੇ ਹੁੰਦੇ ਆ ਅਤੇ 1 ਸੁਖਮਨੀ ਸਾਹਿਬ ਦਾ ਪਾਠ ਹੁੰਦਾ। ਹੁਕਮਨਾਮਾ ਸੁਣਾਇਆ ਜਾਂਦਾ, ਅਰਦਾਸ ਕੀਤੀ ਜਾਂਦੀ ਆ ਅਤੇ ਪਤਾ ਨਹੀਂ ਚੱਲਦਾ ਕਿ ਸਮਾਂ ਕਦੋਂ ਬੀਤ ਜਾਂਦਾ।
ਅਤੇ ਉੱਥੇ ਬੜਾ ਵਧੀਆ ਬਾਬਾ ਜੀ ਨੇ ਮਤਲਬ ਬਾਣੀ ਦਾ ਸੰਚਾਰ ਕੀਤਾ, ਉਹਨਾਂ ਨੇ ਆਪਣਾ ਬਾਣੀ ਨਾਲ ਜੋੜਿਆ, ਇੰਨੀਆਂ ਵਧੀਆ ਗੱਲਾਂ ਦੱਸੀਆਂ ਕਿ ਇੱਕ ਪਰਿਵਾਰ ਦੀ ਗੱਲ ਦੱਸੀ ਕਿ ਜਿਨ੍ਹਾਂ ਦੀ ਬੇਟੀ ਉਹਨਾਂ ਦੇ ਕਹਿਣੇ 'ਚ ਨਹੀਂ ਸੀ, ਪਰ ਜਦੋਂ ਉਹਨਾਂ ਨੇ ਭਾਈ ਗੁਰਕਪਾਲ ਜੀ ਨੇ ਦੱਸਿਆ ਕਿ ਉਹ ਫੋਨ 'ਤੇ ਗੱਲ ਕਰਦੇ ਸੀ, ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ 2 ਟਾਈਮ ਸੁਖਮਨੀ ਸਾਹਿਬ ਪਾਠ ਕਰਿਆ ਕਰੋ, ਕਹਿੰਦੇ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਸਾਰਾ ਕੁਛ ਸਹੀ ਹੋ ਗਿਆ। ਬੇਟੀ ਵਿਆਹ ਕਿਤੇ ਹੋਰ ਕਰਾਉਣਾ ਚਾਹੁੰਦੀ ਸੀ ਕਿਸੇ ਗੈਰ ਜਾਤ ਦੇ ਵਿੱਚ, ਅਤੇ ਜਦੋਂ ਮਤਲਬ ਉਹਨਾਂ ਨੇ ਪਾਠ ਕਰਨਾ ਸ਼ੁਰੂ ਕੀਤਾ ਅਤੇ ਬੇਟੀ ਦੇ ਨਾਲ ਇਹੋ ਜਿਹਾ ਚਮਤਕਾਰ ਹੋਇਆ ਕਿ ਉਹ ਆਪ ਹੀ ਪਿੱਛੇ ਹੋ ਗਈ ਅਤੇ ਆਪਣੇ ਮਾਤਾ ਪਿਤਾ ਦੀ ਰਜ਼ਾਮੰਦੀ ਨਾਲ ਉਹਨੇ ਵਿਆਹ ਕਰਵਾਇਆ, ਅਤੇ ਅੱਜ ਉਹ ਆਪਦੇ ਪਤੀ ਨਾਲ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਅਤੇ ਗੁਰਸਿੱਖ ਫੈਮਿਲੀ ਦਾ ਇੱਕ ਹਿੱਸਾ ਬਣੀ ਹੋਈ ਆ, ਕਿਉਂਕਿ ਉਹ ਪਿੱਛੋਂ ਵੀ ਗੁਰਸਿੱਖ ਫੈਮਿਲੀ ਨਾਲ ਹੀ ਬਿਲੋਂਗ ਕਰਦੀ ਸੀ। ਅਤੇ ਇਸ ਤੋਂ ਬਾਅਦ ਜਿਹੜੇ ਆ ਹੁਣ ਆਪਣੇ ਪਾਠ ਹੋਣੇ ਸ਼ੁਰੂ ਹੋ ਗਏ। ਬਾਬਾ ਜੀ ਨੇ ਪਹਿਲਾਂ ਸਾਨੂੰ ਇਹ ਕਥਾ ਸੁਣਾਈ ਅਤੇ ਉਹਦੇ ਨਾਲ ਸਾਡੇ ਮਨ 'ਚ ਹੋਰ ਉਤਸ਼ਾਹ ਪੈਦਾ ਹੋਇਆ ਕਿ ਅਸੀਂ ਪਾਠ ਬੜੇ ਮਨ ਨਾਲ ਕਰਨਾ। ਜਦੋਂ ਇਹ ਗੱਲ ਸੁਣਾਈ ਨਾ ਕਿ ਜਦੋਂ ਉਹ ਪਾਠ ਕਰਦੇ ਸੀਗੇ ਅਤੇ ਜੋੜਿਆਂ ਦੀ ਭਾਂਡਿਆਂ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਆਪਾਂ ਭਾਂਡੇ ਮਾਂਜਦੇ ਹਾਂ, ਜੋੜੇ ਸਾਫ਼ ਕਰਦੇ ਨਾ, ਕਿਤੇ ਨਾ ਕਿਤੇ ਆਪਣੇ ਵੀ ਪਾਪ ਜਿਹੜੇ ਧੁੱਪ ਜਾਂਦੇ ਆ। ਅਤੇ ਹੁਣ ਤੁਸੀਂ ਦੇਖੋ ਸੰਗਤ ਪਾਠ ਕਰ ਰਹੀ ਹੈ, ਬਹੁਤ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3:30 ਵਜੇ ਹੈ, 4 ਵਜੇ ਸਾਰੀ ਸਮਾਪਤੀ। ਸੰਪੂਰਨ ਚੁਪਹਿਰਾ ਸਾਹਿਬ ਜੀ ਦੀ ਹਾਜ਼ਰੀ ਆਪ ਜੀ ਨੇ ਲਾਉਣੀ ਹੈ। ਅਰਦਾਸ ਹੁਕਮਨਾਮਾ ਸਰਵਣ ਕਰਕੇ ਜਾਣਾ। ਬਾਬਾ ਦੀਪ ਸਿੰਘ ਜੀ ਕਿਰਪਾ ਕਰਨ, ਜੋ ਕੋਈ ਵੀ ਇੱਥੇ ਮਾਈ ਭਾਈ ਆਉਂਦਾ ਹੈ, ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ, ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਸੰਗਤ ਜੀ ਹੁਣ ਦਿਹਾੜੇ ਸ਼ੁਰੂ ਹੋ ਗਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ 10 ਤਰੀਕ ਨੂੰ ਸ਼ਹੀਦੀ ਦਿਹਾੜਾ ਆ ਰਿਹਾ ਹੈ, ਅਤੇ ਸਾਰੀਆਂ ਸੰਗਤਾਂ ਨੇ ਆ 15-20 ਮਿੰਟ ਜਿਹੜਾ ਕੀਰਤਨ ਕਰਨਾ ਹੈ, ਨਾਲ ਹਾਜ਼ਰੀ ਭਰਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕਰਿਓ, ਆਓ ਸਾਰੇ ਕਿਰਪਾ ਕਰਿਓ ਜੀ। ਗੱਲ ਸੀ
ਰਾਮ ਕਲੀ ਮਹੱਲਾ ਤੀਜਾ ਨੰਦ ਕਿਉਂ ਕਰ ਸਤਿਗੁਰ ਪ੍ਰਸੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜੀ ਮਨੁਰੀਆਂ ਬਣਾਈਆਂ ਰਾਗ ਤਨ ਹਰਵਾਰ ਭਰੀਆਂ ਸ਼ਬਦ ਗਾਵਣਿਆ ਸਬਦੋ ਤਾ ਬਾਬੂ ਹਰੀ ਕੇ ਰਮਨ ਜਿਨੀ ਵਸਾਇਆ ਕਹੇ ਨਾਲ ਗਿਆਨ ਦਹੋ ਸਤਿਗੁਰੂ ਮੈਂ ਪਾਇਆ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਗੁਰੂ ਅਰਜਨ ਦੇਵ ਜੀ ਦਾ ਅਤੇ ਉਦੋਂ ਓਫੀਸ਼ੀਅਲ ਪੇਜ ਭਾਈ ਨਰਿੰਦਰ ਸਿੰਘ ਜੀ ਦੇ ਚੈਨਲ ਤੋਂ ਲਾਈਵ ਯੂਟਿਊਬ ਤੋਂ ਜਿਹੜਾ ਕਿ ਮੂਲ ਮੰਤਰ ਦੇ ਪਾਠ ਹੋਣਗੇ ਉਹ ਆਪਾਂ ਘਰ ਬੈਠ ਕੇ ਸੁਣ ਸਕਦੇ ਹਾਂ 9 to 12 ਤੱਕ। ਭਾਈ ਗੁਰ ਇਕਬਾਲ ਸਿੰਘ ਜੀ ਨੇ ਉੱਥੇ ਦੱਸਿਆ ਸੀ ਕਿ ਜਿਹੜੀ ਸੰਗਤ ਨਹੀਂ ਪਹੁੰਚ ਸਕਦੀ ਤਾਂ ਉਹ 9 to 12 ਘਰ ਲਾਈਵ ਪ੍ਰਸਾਰਣ ਸੁਣ ਸਕਦੇ ਨੇ ਭਾਈ ਨਰਿੰਦਰ ਸਿੰਘ ਜੀ ਦੇ ਓਫੀਸ਼ੀਅਲ ਪੇਜ ਯੂਟਿਊਬ ਤੋਂ, ਜਿੱਥੇ ਉਹ ਜਿਹੜੀ ਸੰਗਤ ਮੂਲ ਮੰਤਰ ਦੇ ਪਾਠ ਹੋਣਗੇ ਉਹਨਾਂ ਨੂੰ ਘਰ ਬੈਠ ਕੇ ਸੁਣ ਸਕਦੀ ਆ। ਅਤੇ ਬਾਕੀ ਉਸ ਦਿਨ ਸਾਰੀ ਸੰਗਤ ਘਰਾਂ 'ਚ ਬੈਠ ਕੇ ਵੀ, ਜਿਸ ਦਿਨ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਦਾ 10 June ਨੂੰ, ਉਸ ਦਿਨ ਘਰ ਬੈਠ ਕੇ ਪਾਠ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।